ਤੁਹਾਡੀਆਂ ਕਲਚ ਪਲੇਟਾਂ ਹੁਣ ਖਤਮ ਹੋ ਗਈਆਂ। ਇਹ ਕਿਹਾ ਤੇ ਡਾਕਟਰ ਸਾਹਿਬ, ਤੁਹਾਡੀਆਂ ਕਲਚ ਪਲੇਟਾਂ ਫਾਰਗ ਹਨ। ਉਹ ਤੂੰ ਟੈਕੀ ਕੋ ਬਿਲਕੁਲ ਵੀ ਨਾ ਚਾੜਕਤੇ ਸਿਰੇ ਸਿਰੇ ਕਟੂਰੀ ਸੰਗੀਆ ਕਲਚ ਪਲੇਟਾਂ ਬਚਾ ਕੇ ਤੁਸੀਂ ਇੱਥੇ ਬੈਠੇ ਡਾਕਟਰ, ਤੁਸੀਂ ਨਵੀਆਂ ਕਲਚ ਪਲੇਟਾਂ ਪਾਓ ਨਾ। ਮੁੜ ਤੇ ਮਿਹਰਬਾਨੀ ਕਰੋ ਡਾਕਟਰ ਸਾਹਿਬ, ਮੁਖ ਨਵੀਆਂ ਕਲਚ ਪਲੇਟਾਂ ਪਾ ਦੋ, ਕੋਈ ਚਾਈਨਾ ਦੀਆਂ ਹੀ ਪਾ ਦੋ। ਲੇਕਿਨ ਪਾ ਦੋ, ਮਾੜਾ ਘਰ ਰੋਡਾ ਤੋਂ ਬਹੁਤ ਦੂਰ ਹੈ, ਮੈਂ ਨਾ ਚਾੜਕਦਾ ਕਲਚ ਪਲੇਟਾਂ ਵਗੈਰਾ ਨਾ ਚਾੜਕਦਾ, ਚਾਈਨਾ ਦੀਆਂ ਹੀ ਪਾ ਦੋ ਡਾਕਟਰ ਸਾਹਿਬ, ਮਿਹਰਬਾਨੀ ਕਰੋ। ਬੱਚਿਆ ਖਾਲੀ ਕਲਚ ਪਲੇਟਾਂ ਦੀ ਗੱਲ ਹੋਵੇ ਤਾਂ ਅਸੀਂ ਕਿਝ ਕਰਾਂ, ਤੁਹਾਡੇ ਪਿਸਟਮ ਵੀ ਫਾਰਗ ਹਨ, ਧੂੰਆਂ ਛੋੜ ਦੇਣ ਤੇ ਹੈਂਡ ਬ੍ਰੇਕ ਵੀ ਫਾਰਗ ਹੋ ਗਈ ਦੀ ਹੈ, ਇੰਜਨ ਅੰਦਰੋਂ ਬਾਹਰੋਂ ਜੰਗੋ ਜੰਗ ਹੋਇਆ ਤਾਂ ਹੁਣ ਅਈਆਂ ਪੈਸੇ ਜ਼ਾਇਆ ਕਰਨ ਵਾਲੀ ਗੱਲ ਹੈ ਸੰਗਿਆ, ਸਮਝ ਗਿਆ ਲਾਗੋ। ਤੁਹਾਡਾ ਰੇਡੀਏਟਰ ਵੀ ਖਰਾਬ ਹੈ, ਪਾਣੀ ਨਹੀਂ ਉਬਾਲਦਾ। ਕਦੇ ਵਾਇਰਿੰਗ ਦੀ ਗੱਲ ਕਰਾਂ ਤਾਂ ਸਾਰੀ ਵਾਇਰਿੰਗ ਪਟ ਕੇ ਦੁਬਾਰਾ ਕਰਨੀ ਪਈ ਸੀ, ਇਸ ਕੋਲ ਬਿਹਤਰ ਮਰ ਗਈ ਤੂੰ।